ਹਾਂਜੀ, ਮੇਰੇ ਵੱਲੋਂ ਸਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਕਰ ਰਹੇ ਤੇਲੇ ਵਾਲੀ ਦਵਾਈ, ਤੁਹਾਨੂੰ ਮੈਂ ਦਿਖਾਊਂਗਾ ਕਿਹੜੀ ਕਰ ਰਹੇ। ਇੱਧਰ ਕਰਨੀ ਆਪਾਂ ਦਵਾਈ, ਕੀੜੇ ਬਹੁਤ ਆਏ ਫਿਰਦੇ ਅੱਜ ਤਾਂ। ਹਾਂ ਹਾਂ ਫੁੱਲ ਭਰ ਲੈਣ। ਹਾਂਜੀ ਵੀਰੇ, ਹੋਰ ਸੁਣਾਓ ਜੀ, ਕਿੱਦਾਂ ਠੀਕ ਠਾਕ ਹੋਵੋਗੇ? ਉਮੀਦਾਂ ਬਾਈ, ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਯਾਰ। ਸਬਸਕ੍ਰਾਈਬ ਕਰਨਾ ਨਹੀਂ ਕਰਨਾ ਨਾ ਕਰੋ, ਕੋਈ ਗੱਲ ਨਹੀਂ, ਅਤੇ ਲਾਈਕ ਜ਼ਰੂਰ ਕਰਦਿਆ ਕਰੋ ਯਾਰ ਵੀਰੇ, ਕਿਉਂਕਿ ਵੀਡੀਓ ਦਾ ਕੱਟ ਵੱਢ ਕਰਕੇ ਬਣਾਉਣਾ, ਐਡੈਂਟਿੰਗ ਕਰਨੀ, ਬਹੁਤ ਮੱਥਾ ਮਾਰਨਾ ਪੈਂਦਾ ਵੀਰੇ। ਹੋਰ ਸੁਣਾਓ, ਛੱਡੋ ਇਹ ਤਾਂ ਗੱਲਬਾਤ। ਤੇਲਾ ਕਣਕ ਦੇ ਵਿੱਚ 20-30% ਜਿਹੜਾ ਆਪਣਾ ਉਹ ਪੈ ਚੁੱਕਿਆ ਸੀਗਾ, ਅਤੇ ਊਂ ਤਾਂ ਵੈਸੇ ਤਕਰੀਬਨ ਮੇਰੇ ਹਿਸਾਬ ਨਾਲ ਵੀ 2 ਸਪਰੇਆਂ ਹੋਣਗੀਆਂ, ਕਿਉਂਕਿ ਹਲੇ ਮਹੀਨਾ ਕਣਕ ਕੱਢ ਜੂਗੀ ਹਲੇ ਟਾਈਮ। ਸੁੰਡੇ ਵਾਲੀ ਵੀ ਆਪਾਂ ਨੂੰ ਕਰਨੀ ਪਊ ਬਾਅਦ 'ਚ, ਹੁਣ ਆਪਾਂ ਕਰਦੇ ਹਾਂ ਇਕੱਲੀ ਤੇਲੇ ਵਾਲੀ, ਅਤੇ ਸੁੰਡੇ ਵਾਲੀ ਵੀ ਕਰਨੀ ਪਊਗੀ। 2 ਸਪਰੇਆਂ ਤਾਂ ਹੁੰਦੀਆਂ ਹੀ ਹੁੰਦੀਆਂ ਤੇਲੇ ਵਾਲੀਆਂ, ਕਈ ਇਲਾਕਿਆਂ ਦੇ ਵਿੱਚ ਨਹੀਂ ਵੀ ਹੁੰਦੀਆਂ, ਕਈ ਇੱਕ ਵਾਰੀ ਕਰਦੇ ਕਈ ਵਾਰ ਤਾਂ ਜਮੇ ਨਹੀਂ ਕਰਦੇ, ਕਿਉਂਕਿ ਜਿਹੜੇ ਆਪਣੇ ਮਿੱਤਰ ਕੀੜੇ ਹੁੰਦੇ ਉਹ ਆਪਾਂ ਸਪਰੇਅ ਕਰਕੇ ਮਾਰ ਦਿੰਦੇ ਹਾਂ, ਜਿਵੇਂ ਉਹ ਲਾਲ ਜਿਹੀ ਭੁੰਡੀ ਹੋ ਜਾਂਦੀ ਆ ਜਿਹਦੇ ਉੱਤੇ ਕਾਲੇ ਜਿਹੇ ਟਾਂਕਣੇ ਹੁੰਦੇ ਹੈਗੇ, ਅਤੇ ਉਹਨੂੰ ਆਪਾਂ ਮਾਰ ਦਿੰਦੇ ਹਾਂ ਜੀ। ਤੇਲਾ ਬਹੁਤ ਘੱਟ ਹੈ ਕਣਕ ਦੇ ਵਿੱਚ, 20-30% ਤੇਲਾ ਹੈਗਾ। ਹੁਣ ਜਿਵੇਂ ਮੌਸਮ ਸਾਫ਼ ਜੇ ਹੋਇਆ, ਹੁਣ ਹੋ ਉਮੀਦ ਹੋ ਸਕਦੀ ਆ ਵੀ ਜ਼ਿਆਦਾ ਤੇਲਾ ਪਊਗਾ, ਕਿਉਂਕਿ ਪਹਿਲਾਂ ਹੀ ਜੇ ਉਹਨੂੰ ਕੰਟਰੋਲ ਕਰਦੀ ਆ ਆਪਾਂ ਲਾ ਕੇ ਸਪਰੇਅ ਕਰਦੀ ਹੈ, ਠੀਕ ਹੈ। ਕਈ ਦਿਨ ਹੋ ਗਏ ਵੀਡੀਓ ਵੀ ਨਹੀਂ ਪਾਈ ਸੀਗੀ, ਅਤੇ ਜਿਹੜਾ ਟੂਰਨਾਮੈਂਟ ਹੁੰਦਾ ਆਪਣਾ ਕਬੱਡੀ ਦਾ, ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਮੈਂਟ ਦੇ ਵਿੱਚ ਜ਼ਰੂਰ ਕਮੈਂਟ ਕਰ ਦਿਓ ਯਾਰ, ਕਿਉਂਕਿ ਨਾ ਤਾਂ ਉਹਦੇ ਟਾਈਮ ਲੱਗੇ, ਨਾ ਆਪਣਾ ਪੈਸਾ ਲੱਗਦਾ, ਕੁਛ ਵੀ ਨਹੀਂ ਲੱਗਦਾ, ਸਿਰਫ ਨਾ ਲਾਈਕ ਕਰਨ 'ਤੇ ਪੈਸਾ ਲੱਗਦਾ ਆਪਣਾ, ਇਕੱਲਾ ਲਾਈਕ 2 ਸਕਿੰਟਾਂ ਦਾ ਕੰਮ ਹੀ ਹੁੰਦਾ ਕਰਦਾ। ਜਿਹੜੇ ਕਿਸੇ ਦਾ ਵੀ ਚੈਨਲ ਜਿਹੜਾ ਮੈਂ ਦੇਖਦਾ ਹੈ ਨਾ, ਆਪਾਂ ਤਾਂ ਕੋਈ ਨਾ ਤਾਂ ਲਾਈਕ ਕਰਨ ਮੈਨੂੰ ਛੱਡਿਆ, ਅਤੇ ਨਾ ਹੀ ਸਬਸਕ੍ਰਾਈਬ ਕਰਨ ਛੱਡਿਆ ਹੈਗਾ। ਹਰ ਇੱਕ ਦਾ ਚੈਨਲ ਮੈਂ ਸਬਸਕ੍ਰਾਈਬ ਕਰਦਾ, ਚਾਹੇ ਚੰਗਾ ਚਾਹੇ ਮਾੜਾ, ਕਿਉਂ ਯਾਰ ਅਗਲਾ ਮਿਹਨਤ ਕਰਦਾ ਵੀਰੇ ਯਾਰ, ਅਗਲਾ ਮੱਥਾ ਮਾਰਦਾ, ਠੀਕ ਆ। ਜਿਨ੍ਹਾਂ ਨੂੰ ਤਾਂ ਪਤਾ ਹੁਣ ਯੂਟਿਊਬ ਬਾਰੇ, ਉਹ ਤਾਂ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ, ਜਿਹੜੇ ਨਹੀਂ ਪਤਾ ਜਿਨ੍ਹਾਂ ਨੂੰ, ਉਹਨਾਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਬਹੁਤ ਮੱਥਾ ਵੱਜਦਾ ਅਟੈਂਟਿੰਗ ਕਰਨ 'ਤੇ, ਵੀਡੀਓ ਕਰਨ 'ਤੇ, ਠੀਕ ਹੈ ਜੀ। ਅਤੇ ਲਾਈਕ ਕਰਨ ਦਾ, ਸਬਸਕ੍ਰਾਈਬ ਕਰਨ ਦਾ, ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ, ਕੁਛ ਨਹੀਂ ਲੱਗਦਾ, ਲਾਈਕ ਤਾਂ ਸਿਰਫ 1 ਸਕਿੰਟ ਦੇ ਵਿੱਚ ਹੀ ਹੋ ਜਾਂਦਾ, ਜਿੰਨੇ ਚਿਰ ਆਪਾਂ ਵੀਡੀਓ ਦੇਖਦੇ ਉੱਨੇ ਚਿਰ ਤਾਂ ਲਾਈਕ ਹੋ ਜਾਂਦਾ। ਇਸ ਕਰਨ ਵਾਲਾ ਜਿਹੜੀ ਧਾਰ ਹੈ ਨਾ, ਉਹ ਵੱਧ ਜਾਂਦੀ ਹੈ, ਤੁਹਾਨੂੰ ਮੈਂ ਦਿਖਾਵਾਂ ਜੂਮ ਕਰਕੇ। ਧਾਰ ਜਮਾਂ ਥੱਲੇ ਡਿੱਗ ਪਈ, ਜੂਮ ਨਹੀਂ ਕਰਦਾ ਜੀ, ਮੈਂ ਤੁਹਾਨੂੰ ਜੂਮ ਕਰਕੇ ਦਿਖਾਵਾਂ, ਵੀਡੀਓ ਦੇਖੀ ਜਮਾਂ ਡਾਊਨ ਹੋ ਗਈ,
ਹੁਣ ਕਰਾਂਗੇ ਰੇਸ਼, ਇਹ ਜੋ ਵੀ ਕਰਦਾ ਸੈੱਟ ਮੇਰੇ ਕੋਲ ਛੋਟਾ ਹੈਗਾ ਅਤੇ ਏ ਸੀ 450 ਟੀ ਆਈ ਹੈ ਟਰੈਕਟਰ ਮੇਰੇ ਕੋਲ 45 ਪਾਵਰ ਦੇ ਵਿੱਚ। ਮੈਂ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਦਿਖਾਉਣਾ ਹੈਗਾ। ਟਰੈਕਟਰ ਹੈਗਾ 10 ਮਾਡਲ, ਇਹਨੂੰ ਬਹੁਤ ਚਿਰ ਵਿਕ ਰਿਹਾ, ਇਹਨੂੰ ਹੋ ਗਏ 9 ਸਾਲ ਨੂੰ ਲੱਗ ਚੁੱਕਾ ਹੈਗਾ ਅਤੇ ਹਾਲ ਤੱਕ ਰੇਂਜਰ ਪੰਪ ਦਾ ਆਪਾਂ ਕੁਛ ਵੀ ਕੰਮ ਨਹੀਂ ਕਰਾਇਆ, ਤਾਂ ਡੀਜ਼ਲ ਖਰਚਾ ਬਹੁਤ ਘੱਟ ਆ ਵੈਸੇ, ਅਤੇ ਕਾਫੀ ਵਧੀਆ ਲੱਗਾ ਟਰੈਕਟਰ ਦਾ। ਫਿਰ ਮੈਨੂੰ ਮੈਂ ਇਹਦਾ ਜਿਹੜਾ ਗੇਅਰ ਬਾਕਸ ਹੈ ਗਲਾਰੀਆਂ ਹੁੰਦੀਆਂ ਟੋਪ ਮਾਡਲ ਦੀਆਂ, ਉਹ ਮੈਂ ਵਧਾ ਦਿੱਤੀਆਂ ਸੀਗੀਆਂ, ਟੋਪ ਮਾਡਲ ਸਵਰਾਜ ਦੀਆਂ ਮੈਂ ਗਲਾਰੀਆਂ ਪਵਾ ਦਿੱਤੀਆਂ ਸੀ। ਏ ਸੀ ਟਰੈਕਟਰ 450 ਮੇਰੇ ਕੋਲ ਇਹ, ਅਤੇ ਮੈਂ ਇਹਦਾ ਤੋਰਾ ਵਧਾ ਦਿੱਤਾ ਸੀ, ਤੋਰਾ ਥੋੜ੍ਹਾ ਜਿਹਾ ਘੱਟ ਸੀਗਾ ਇਹਦਾ, ਉਹ ਵਧੀਆ ਲੱਗਾ ਪਰਫੋਰਮ, ਬਸ ਵਧੀਆ ਓਕੇ ਹੈ ਜੀ। ਕੋਈ ਰਿਪੇਅਰ ਸਪੇਅਰ ਨਹੀਂ ਗੀ, ਟੂਰੀਅਲ 'ਤੇ ਵੀ ਚਲਾਇਆ ਹੈਗਾ ਮੈਂ, 1.5 ਲੀਟਰ ਪੌਣੇ ਕੁ 100 ਲੀਟਰ ਦੇ ਲਗਭਗ ਖਾਧਾ ਹੈਗਾ। ਜਗਜੀਤ ਮਸ਼ੀਨ ਸੀਗੀ ਕੰਪਾਇਨ ਅਤੇ ਚਲਾਇਆ ਸੀਗਾ। ਚਲੋ ਕਿੰਨਾ ਕੁ ਰਹਿ ਗਿਆ, ਅੱਧਾ ਕੀ ਹੋਇਆ ਹੋਇਆ, ਤੇ ਕੀ ਹੋਇਆ ਹੋਣਾ, ਕਰਾਂ ਰੇਸ ਹੋਰ ਮੜੀ ਜੀ। ਆਇਆ ਆਇਆ ਮੇਰੇ ਨਾਲ ਅੱਜ ਕਰਾਉਂਦਾ ਅੰਗਰੇਜ਼ ਸਪਰੇ, ਅਤੇ ਅੰਗਰੇਜ਼ ਨੇ ਅੱਜ ਲਿਆਉਣਾ ਮੋਬਾਈਲ, ਹੋ ਸਕਦਾ ਮੈਂ ਉਹਦੀ ਵੀਡੀਓ ਬਣਾਵਾਂ ਅੱਡ, ਅਤੇ ਬਣਾ ਕੇ ਤੁਹਾਨੂੰ ਦਿਖਾਊਂਗਾ ਵੀ ਕਿਹੜਾ ਮੋਬਾਈਲ ਲਿਆਂਦਾ ਗਾ, ਅਤੇ ਅਸੀਂ ਹੁਣ ਕਰਦੇ ਹਾਂ ਸਪਰੇ। ਚਲੋ ਠੀਕ ਹੈ ਵੀਰੇ, ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਨੈਕਸਟ ਦੇ ਵਿੱਚ, ਮੋਬਾਈਲ ਦੀ ਜ਼ਰੂਰ ਵੀਡੀਓ ਬਣਾਊਂਗਾ ਜੇ ਕਵਰ, ਜੇ ਸਾਨੂੰ ਮੋਬਾਈਲ ਵਧੀਆ ਲੱਗਿਆ ਰੇਟ ਦੇ ਹਿਸਾਬ ਨਾਲ, ਕਿਉਂਕਿ ਅੱਜ ਕੱਲ੍ਹ ਮੋਬਾਈਲ ਠੱਗਾ ਠੋਰੀ ਵਾਲੇ ਵੀ ਬਹੁਤ ਆਉਂਦੇ ਹਨ, ਕੋਈ ਸਸਤਾ ਜਿਹਾ ਫੋਨ ਲੈਣਾ ਇਹਨੇ। ਚਲੋ ਮੈਂ ਵੀਡੀਓ ਬਣਾਊਂਗਾ ਲਾਜ਼ਮੀ। ਠੀਕ ਹੈ ਵੀਰੇ, ਓਕੇ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਥੈਂਕ ਯੂ ਵੀਰੇ, ਧੰਨਵਾਦ।